ਪਿੰਚ ਤੇਲ ਪਵਾਏ ਸੀ ਅਤੇ ਇੱਧਰ ਏਕਮ ਅਤੇ ਅਸੀਂ ਮੰਦੀ ਵੇਟ ਕਰਦੇ ਹਾਂ ਅਤੇ ਆਪਾਂ ਚੱਲੇ ਹਾਂ ਅੱਜ ਮੱਥਾ ਟੇਕਣ ਨਿੱਕੇ ਘੁੰਮਣੀ ਕਰਾਂਗੇ ਸੇਵਾ ਜਾ ਕੇ ਸੋ ਤੁਹਾਨੂੰ ਵੀ ਦਰਸ਼ਨ ਕਰਵਾਉਂਦੇ ਹਾਂ ਸੋ ਵੀ ਸੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਵੈਲਕਮ ਟੂ ਮਾਈ ਵਲੋਗ। ਅੱਜ ਆ ਸੰਡੇ ਅਤੇ ਟਾਈਮ 12 ਵੱਜ ਗਏ ਆ ਅਤੇ ਅਸੀਂ ਜਾ ਰਹੇ ਹਾਂ ਨਿੱਕੇ ਘੁੰਮਣੀ। ਸੋ ਸੰਡੇ ਸੰਡੇ ਪਲੈਨ ਬਣਾਉਂਦੇ ਸੀ, ਸੋ ਅੱਜ ਦੀ ਪਲੈਨਿੰਗ ਜਿਹੜੀ ਆਪਣੇ ਨਿੱਕੇ ਘੁੰਮਣੀ ਆ, ਗੁਰੂ ਘਰ ਦਰਸ਼ਨ ਕਰਨਾ। ਸੋ 4 ਸਾਲ ਹੋ ਗਏ ਨੇ, 4 ਸਾਲ ਤੋਂ ਬਾਅਦ ਅੱਜ ਹੀ ਜਾਵਾਂਗੇ। ਸੋ ਇਹ ਪਹੁੰਚ ਗਿਆ ਪੰਪ 'ਤੇ, ਉੱਥੋਂ ਪਵਾ ਲਈ ਆਪਾਂ ਤੇਲ। ਪਿੰਚ ਤੇਲ ਪਵਾਏ ਸੀ ਅਤੇ ਇੱਧਰ ਏਕਮ ਅਤੇ ਅਸੀਂ ਮੰਦੀ ਵੇਟ ਕਰਦੇ ਹਾਂ ਅਤੇ ਆਪਾਂ ਚੱਲੇ ਹਾਂ ਅੱਜ ਮੱਥਾ ਟੇਕਣ ਨਿੱਕੇ ਘੁੰਮਣੀ, ਕਰਾਂਗੇ ਸੇਵਾ ਜਾ ਕੇ ਸੋ ਤੁਹਾਨੂੰ ਵੀ ਦਰਸ਼ਨ ਕਰਵਾਉਂਦੇ ਹਾਂ। ਸੋ ਵੀਡੀਓ ਦੇ ਨਾਲ ਬਣੇ, ਹਿੰਮਤ ਵੀ ਆ ਗਿਆ ਵਾ, ਤਿਆਰੀ ਆ ਹੁਣ ਆਪਣੀ। ਸੋ ਘਰੋਂ ਨਿਕਲ ਗਏ ਆਪਾਂ ਹੁਣ, ਇੱਥੋਂ ਕੋਈ 7-8 ਕਿਲੋਮੀਟਰ ਦੀ ਦੂਰੀ 'ਤੇ ਹੈਗਾ ਵਾ, ਸੋ ਪੱਕੇ ਰੋਡ ਹੀ ਜਾਵਾਂਗੇ ਆਪਾਂ। ਅਤੇ ਸ਼ਾਇਦ ਰਾਸਤੇ 'ਚ ਇੰਸੀਡੈਂਟ ਹੋ ਗਿਆ ਵਾ, ਕਾਫ਼ੀ ਜ਼ਿਆਦਾ ਜਿਹੜੀ ਆ ਚੋਟ ਲੱਗੀ ਹੋਈ ਆ। ਤੋ 2 ਬਾਈਕ ਸਵਾਰ ਸੀ ਜਿਹੜੇ, ਜਿਹੜਾ ਇੱਕ ਘੁੰਮਣਾ ਤੋਂ ਆ ਰਿਹਾ ਸੀ ਬਟਾਲੇ ਨੂੰ, ਅਤੇ ਬਟਾਲੇ ਤੋਂ ਜਿਹੜਾ ਜਾ ਰਿਹਾ ਸੀ ਬੁਲਟ 'ਤੇ, ਵਾਪਸ ਦੇ ਵਿੱਚ ਟਕਰਾਅ ਹੋਣ ਦੇ ਕਾਰਨ ਜਿਹੜੀਆਂ ਸੱਟਾਂ ਕਾਫ਼ੀ ਲੱਗੀਆਂ ਨੇ। ਅਤੇ ਮੌਕੇ 'ਤੇ ਜਿਹੜੀ ਆ ਪੁਲਿਸ ਨੇ ਜਿਹੜਾ ਆ ਕੇ ਲੈ ਗਏ ਨੇ ਉਹਨਾਂ ਨੂੰ। ਅਤੇ ਆਹ ਬੁਲਟ ਸੀ ਜਿਹਦੇ ਨਾਲ ਜਿਹੜੀ ਆ ਟੱਕਰ ਹੋਈ ਸੀ, ਅਤੇ ਬਾਕੀ ਹੁਣ ਦੇਖੋ ਪੁਲਿਸ ਮੁਲਾਜ਼ਮ ਜਿਹੜੇ ਲੈ ਕੇ ਗਏ ਨੇ, ਹੁਣ ਪਹਿਲਾਂ ਇਲਾਜ ਕਰਵਾਉਣਗੇ, ਸੱਟਾਂ ਵਗੈਰਾ ਜਿਹੜੀਆਂ ਲੱਗੀਆਂ ਨੇ ਕਾਫ਼ੀ। ਸੋ ਬਾਈਕ ਜਿਹੜੀ ਆ ਧਿਆਨ ਨਾਲ ਚਲਾਇਆ ਕਰੋ, ਅਤੇ ਹੁਣ ਤਾਂ ਵੈਸੇ ਵੀ ਜਿਹੜਾ ਰੂਲ ਜਿਹੜਾ ਵਾ ਇੰਪਲੀਮੈਂਟ ਹੋ ਜਾਣਾ 1 ਤਰੀਕ ਤੋਂ, ਸੋ ਬਹੁਤ ਵਧੀਆ ਵਾ ਜਿਹੜਾ ਰੂਲ ਬਣਾਏ ਨੇ। ਸੋ ਬਾਈਕ ਵੀ ਬਹੁਤ ਜ਼ਿਆਦਾ ਫਾਸਟ ਚਲਾਉਂਦੇ ਨੇ ਜਿਹੜੇ ਅੱਜ ਕੱਲ੍ਹ, ਸੋ ਥੋੜ੍ਹਾ ਉਹਦੇ 'ਤੇ ਵੀ ਜਿਹੜਾ ਅਸਰ ਪਵੇਗਾ। ਅਤੇ ਭਜਾਉਂਦੇ ਤਾਂ ਇੱਦਾਂ ਵਾ ਕਿ ਜਿੱਦਾਂ ਪਤਾ ਨਹੀਂ ਅੱਗ ਭਜਾਉਣੀ ਹੁੰਦੀ ਇਹਨਾਂ ਨੇ ਜਾ ਕੇ, ਸੋ ਜਦੋਂ ਸੱਟ ਲੱਗਦੀ ਆ ਫੇਰ ਅਕਲ ਆਉਂਦੀ ਆ। ਸੋ ਇਹ ਆਪਾਂ ਹੁਣ ਜਾ ਰਹੇ ਹਾਂ ਪਿੰਡਾਂ ਥਾਣੀ ਪਾ ਲਈ ਆ ਬਾਈਕ, ਅਤੇ ਇੱਥੋਂ ਜਿਹੜਾ ਕੋਈ 8-9 ਕਿਲੋਮੀਟਰ ਦੀ ਦੂਰੀ 'ਤੇ ਆ, ਅਤੇ ਸ਼ੋਰਟਕੱਟ ਮੌਸਮ ਵੀ ਬਹੁਤ ਵਧੀਆ ਹੈਗਾ ਵਾ, ਸੋ ਠੰਡਾ ਠੰਡਾ ਮੌਸਮ ਹੋ ਗਿਆ ਵਾ। ਅਤੇ ਪੂਰੇ ਬਲੋਗ ਦੇ ਨਾਲ ਬਣੇ ਰਹਿਣਾ ਅਤੇ ਤੁਹਾਨੂੰ ਵੀ ਗੁਰੂ ਘਰ ਦਰਸ਼ਨ ਕਰਾਉਂਦੇ ਹਾਂ। ਮੈਂ ਵੀ ਅੱਜ ਕੋਈ 4 ਕੁ ਸਾਲ ਬਾਅਦ ਜਿਹੜਾ ਵਾ ਜਾ ਰਿਹਾ ਵਾ, ਪਹਿਲਾਂ ਜਾਂਦੇ ਹੁੰਦੇ ਸੀ ਸਾਈਕਲ 'ਤੇ ਵੀ ਜਾਂਦੇ ਸੀ, ਅਤੇ ਹੌਲੀ ਹੌਲੀ ਜਿਹੜਾ ਵਾ ਟਾਈਮ ਦੇ ਨਾਲ ਹੁਣ ਬਾਈਕ 'ਤੇ ਵੀ ਜਾਂਦੇ ਹਾਂ। ਸੋ ਜਾ ਕੇ ਸੇਵਾ ਕਰਾਂਗੇ ਅਤੇ ਦੇਖਦੇ ਹਾਂ ਕੀ ਚੇਂਜ ਆਇਆ ਵਾ। 4 ਸਾਲ ਬਾਅਦ ਜਾਣਾ, ਸੋ ਕੁਛ ਨਾ ਕੁਛ ਜਿਹੜਾ ਵਾ ਚੇਂਜ ਕਰਵਾਇਆ ਹੀ ਹੋਊਗਾ। ਬਾਕੀ ਜਾ ਕੇ ਗੁਰੂ ਘਰ ਦੇ ਦਰਸ਼ਨ ਕਰਾਂਗੇ। ਸੋ
ਬ੍ਰਹਮ ਗਿਆਨੀ ਸੰਤ ਬਾਬਾ ਹਜ਼ਾਰਾ ਸਿੰਘ ਜੀ ਨਿੱਕੇ ਘੁੰਮਣਾ ਵਾਲੇ ਗੁਰੂ ਘਰ ਦੇ ਦਰਸ਼ਨ ਅਤੇ ਵੀਡੀਓ ਅਗਰ ਵਧੀਆ ਲੱਗੀ ਹੋਏ ਤਾਂ ਇੱਕ ਵਾਰੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਅਤੇ ਕਮੈਂਟ ਦੇ ਵਿੱਚ ਵਾਹਿਗੁਰੂ ਜ਼ਰੂਰ ਟਾਈਪ ਕਰ ਦੇਣਾ ਅਤੇ ਬਾਕੀ ਦੂਜੀ ਗੱਲ ਬਾਈਕ ਜਿਹੜੀ ਆ ਆਰਾਮ ਨਾਲ ਚਲਾਇਆ ਕਰੋ ਅਤੇ ਮੈਂ ਵੀ ਅਗਰ ਮੇਰੀ ਵੀਡੀਓ ਵਗੈਰਾ ਮੈਂ ਵੀ ਸ਼ੂਟ ਕਰ ਰਿਹਾ ਵਾਂ ਅਤੇ ਮੇਰੇ ਮਗਰ ਵੀ ਬੰਦਾ ਬੈਠਾ ਹੋਇਆ ਵਾ ਕਿਤੇ ਗਲਤ ਨਾ ਸਮਝਣਾ ਠੀਕ ਹੈ ਜੀ ਸੋ ਮਿਲਦੇ ਹਾਂ ਫਿਰ ਨੈਕਸਟ ਵਲੋਗ ਦੇ ਵਿੱਚ ਵੀਡੀਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦੇਣਾ ਸਬਸਕ੍ਰਾਈਬ ਵੀ ਕਰ ਦੇਣਾ ਸੋ ਓਕੇ ਬਾਈ ਸੀ ਯੂ ਟਾਟਾ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।